ਭਾਵੇਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਾ ਪਿਛੋਕੜ ਹੈ ਮਾਨਸਾ ਦਾ, ਜਿਹੜਾ ਮਾਨ ਗੋਤ ਹੈ ਇਹਨਾਂ ਦਾ ਇਲਾਕਾ ਮਾਨਸਾ, ਇਹ ਮਾਨ ਧਾਤੇ ਰਾਜੇ ਦਾ ਇਲਾਕਾ ਸੀ। ਫਿਰ ਇਹਨਾਂ ਦੇ ਬਜ਼ੁਰਗ ਰੁੜਕੀ ਆ ਗਏ, ਆ ਜੌੜੇ ਪੁਲਾਂ ਦੇ ਨੇੜੇ ਹੈ ਰੁੜਕੀ। ਤੁਸੀਂ ਲਾਹੌਰਾਂ 'ਚ ਜਾ ਕੇ ਉਹਨਾਂ ਪਰਿਵਾਰ ਦੇ ਘਰ ਜਾਣਾ ਅਤੇ ਤੁਸੀਂ ਪੁੱਛਣਾ ਰੁੜਕੀ ਵਾਲਿਆਂ ਦੇ ਘਰ ਜਾਣਾ ਹੈ। ਅੱਜ ਵੀ ਉਹ ਰੁੜਕੀ ਵਾਲੇ ਵੱਜਦੇ ਨੇ ਅਤੇ ਬੜੇ ਸਾਦੇ ਜੀਵਨ ਵਾਲੇ ਸਰਦਾਰ ਕਪੂਰ ਸਿੰਘ, ਜਿਨ੍ਹਾਂ ਦਾ ਨੇਕ ਕਮਾਈ ਕਰਨੀ ਦਸਾਂ ਨਵਾਂ ਦੀ ਅਤੇ ਥਿੱਤੀਆਂ ਦੀ ਲੋੜਵੰਦਾਂ ਵਾਸਤੇ ਕੁਛ ਦਾਨ ਪੁੰਨ ਵੀ ਕਰਨਾ, ਬੜਾ ਸਾਦਾ ਜਿਹਾ ਜੀਵਨ ਸੀ। ਜਿਨ੍ਹਾਂ ਦੇ ਘਰ ਵਾਲੀ ਸਤਵੰਤੀ ਨਿਹਾਲ ਕੌਰ, ਮਾਤਾ ਨਿਹਾਲ ਕੌਰ ਜੀ, ਜਿਨ੍ਹਾਂ ਨੇ ਆਪਣੀ ਕੁੱਖ ਤੋਂ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ, ਤਾਂ ਸ਼ਾਇਦ ਤਿੰਨ ਧੀਆਂ ਸੀ ਉਹਨਾਂ ਦੀਆਂ, ਮੈਨੂੰ ਪਤਾ ਨਹੀਂ ਪੱਕਾ ਦੋ ਸੀ ਕਿ ਤਿੰਨ ਸੀ। ਵੱਡੇ ਬੰਤ ਸਿੰਘ ਸੀ ਵਿਚਾਲੇ ਸੁਖਦੇਵ ਸਿੰਘ ਜੀ, ਸੰਤ ਸੁਖਦੇਵ ਸਿੰਘ ਜੀ, ਅਤੇ ਛੋਟੇ ਸੰਤ ਸਿੰਘ। ਸਤਸੰਗ ਜੀ, ਜਿਹੜੀ ਕੁੱਲ ਦੇ ਵਿੱਚ ਕੋਈ ਕਾਰਕ ਮਹਾਂਪੁਰਸ਼ ਬੰਦਗੀ ਕਮਾਈ ਵਾਲਾ ਪੈਦਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸ ਕੁੱਲ ਦੀ ਵੀ ਵਡਿਆਈ ਕੀਤੀ ਹੈ। ਉਸ ਪਿਤਾ ਨੂੰ ਵੀ ਧੰਨ ਧੰਨ ਆਖਿਆ, ਉਸ ਮਾਤਾ ਨੂੰ ਵੀ ਧੰਨ ਧੰਨ ਆਖਿਆ। ਧੰਨ ਸੋ ਗਾਓ, ਧੰਨ ਸੋ ਠਾਓ, ਧੰਨ ਕੁਟੰਬ ਪਨੀਤ ਸਭ ਲੋਏ। ਉਹ ਕੁਟੰਬ ਧੰਨ ਹੈ, ਉਹ ਕੁੱਲ ਧੰਨ ਹੈ, ਉਹ ਮਾਤਾ ਪਿਤਾ ਧੰਨ ਹੈ। ਅਤੇ ਜਿਹੜੇ ਸਥਾਨ ਉੱਤੇ, ਜਿਹੜੇ ਥਾਂ 'ਤੇ ਐਸੇ ਸਤਪੁਰਸ਼ ਪੈਦਾ ਹੁੰਦੇ ਆ, ਭਾਵੇਂ ਉਹਨਾਂ ਦਾ ਜਨਮ ਫਲਾਉਂਡ ਹੋਇਆ, ਲਾਹੌਰਾਂ ਨਹੀਂ ਹੋਇਆ, ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਜਨਮ, ਮਹਾਰਾਜ ਦਾ ਨਾਨਕਾ ਨਗਰ ਹੈ ਫਲਾਉਂਡ, ਅਤੇ ਪਿੰਡ ਵਿੱਚ ਜਿਹਨੇ ਅੰਮ੍ਰਿਤ ਛਕਿਆ ਹੁੰਦਾ ਸੀ ਬਜ਼ੁਰਗ ਨੇ, ਉਹ ਘਰ ਸਿੱਖਾਂ ਦਾ ਵੱਜਦਾ ਹੁੰਦਾ ਸੀ ਪਿੰਡ 'ਚ, ਬਾਕੀ ਲੋਕ ਆਪਣੇ ਆਪ ਨੂੰ ਸਿੱਖ ਹੀ ਨਹੀਂ ਸੀ ਅਖਵਾਉਂਦੇ। ਇਹ ਠੀਕ ਹੈ ਗੱਲ, ਸਿੱਖ ਉਹ ਅਖਵਾ ਸਕਦਾ ਜਿਹਨੇ ਸਿੱਖੀ ਧਾਰਨ ਕੀਤੀ ਹੈ। ਰਹਿਤ ਬਿਨਾਂ ਨਹਿ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਬਾਕੀ ਤਾਂ ਨਾਮ ਦੇ ਸਿੱਖ ਨੇ, ਸਿੱਖ ਅਖਵਾਉਣ ਦਾ ਉਹਨੂੰ ਹੱਕ ਹੈ ਜਿਹਨੇ ਸਿੱਖੀ ਧਾਰਨ ਕੀਤੀ ਹੈ। ਅਤੇ ਫਲਾਉਣ ਦੇ ਵਿੱਚ ਉਹ ਸਿੱਖਾਂ ਦਾ ਘਰ ਵੱਜਦਾ ਸੀ, ਮਹਾਂਪੁਰਸ਼ਾਂ ਦਾ ਨਾਨਕਾ ਘਰ। ਜਥੇਦਾਰ ਨਿਹੰਗ ਸਿੰਘ ਸਜੇ ਹੋਏ ਸੀ ਇਹਨਾਂ ਦੇ ਮਾਮਾ ਜੀ, ਅਤੇ ਬਹੁਤ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਸੀ। ਅੱਜ ਵੀ ਉਹਨਾਂ ਦੇ ਨਾਂ 'ਤੇ ਮਲੇਰਕੋਟਲੇ ਅਖਾੜੇ ਚੱਲਦੇ ਨੇ ਗੱਤਕੇ ਦੇ। ਫਲਾਉਣ ਜਨਮ ਹੋਇਆ, ਕਿਸੇ ਪੰਡਿਤ ਨੂੰ ਨਹੀਂ ਬੁਲਾਇਆ, ਕਿਸੇ ਹੋਰ ਨੂੰ ਨਹੀਂ ਪੁੱਛਿਆ, ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ, ਹੁਕਮਨਾਮਾ ਲਿਆ। ਹੁਕਮ ਆਇਆ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਹੁਕਮਨਾਮੇ 'ਤੇ ਨਾਂ ਰੱਖਿਆ ਸੁਖਦੇਵ ਸਿੰਘ। ਕੁਛ ਚਿਰ ਨਾਨਕੇ ਤੋਂ ਬਾਅਦ ਨਗਰ 'ਚ ਆ ਗਏ ਲਾਹੌਰਾਂ। ਇੱਥੇ ਤੁਰਨਾ ਸਿੱਖੇ, ਹੌਲੀ ਹੌਲੀ ਬੋਲਣਾ, ਕਹਿੰਦੇ ਬਚਪਨ ਤੋਂ ਬੜਾ ਭੋਲਾ ਸੁਭਾਅ ਸੀ ਮਹਾਂਪੁਰਸ਼ਾਂ ਦਾ। ਪਿੰਡ 'ਚ ਇੱਕੋ ਹੀ ਗਲੀ ਹੈ ਲਾਹੌਰਾਂ ਪਿੰਡ 'ਚ, ਇੱਕ ਅੱਧੀ ਛੋਟੀ ਮੋ ਹੋਰ ਹੋਣੀ ਸ਼ਾਇਦ, ਅਤੇ ਗਲੀ ਦੇ ਦਰਵਾਜ਼ੇ ਦੇ ਨਾਲ ਘਰ ਹੈ ਮਹਾਂਪੁਰਸ਼ਾਂ ਦਾ, ਬਹੁਤ ਸਾਦਾ ਜਿਹਾ ਘਰ ਸੀ ਉਦੋਂ। ਉਦੋਂ ਸਾਰਿਆਂ ਦੀ ਸਾਦੇ ਹੀ ਹੁੰਦੇ ਸੀ ਸਤਸੰਗ ਜੀ।
ਅਤੇ ਸਾਡੀਆਂ ਬਜ਼ੁਰਗ ਮਾਵਾਂ ਚਰਖਾ ਕੱਤ ਕੇ ਸੂਤ ਬੁਣਦੀਆਂ ਸੀ, ਘਰ ਹੀ ਬਸਤਰ ਬਣਾ ਲੈਂਦੀਆਂ ਸੀ। ਮਾਤਾ ਚਰਖਾ ਕੱਤ ਰਹੀ ਹੈ ਅਤੇ ਕੋਲ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਜੀ ਰਿੜਦੇ ਨੇ, ਕਦੇ ਤੰਦ ਤੋੜ ਦਿੰਦੇ ਨੇ, ਕਦੇ ਗੁੱਡੀ ਨੂੰ ਫੜ ਕੇ ਚਰਖੇ ਨੂੰ। ਹੁਣ ਜਿਨ੍ਹਾਂ ਨੇ ਚਰਖਾ ਹੀ ਨਹੀਂ ਵੇਖਿਆ ਉਹਨਾਂ ਨੂੰ ਗੁੱਡੀ ਦਾ ਕੀ ਪਤਾ ਹੋਣਾ ਕੀ ਹੁੰਦੀ ਹੈ ਉਹ। ਆਹ ਬਜ਼ੁਰਗ ਮਾਵਾਂ ਕੋਲ ਬਹਿ ਜਾਇਆ ਕਰੋ ਸ਼ਾਮ ਨੂੰ, ਜਿਹੜੀਆਂ ਪੜ੍ਹੀਆਂ ਲਿਖੀਆਂ ਨਾ ਤੁਸੀਂ, ਇਹਨਾਂ ਨੂੰ ਪੁੱਛਿਆ ਕਰੋ ਸਾਡਾ ਕਲਚਰ ਕੀ ਹੁੰਦਾ ਹੈ, ਕਿਵੇਂ ਥੋੜ੍ਹੇ 'ਚ ਸੁਖੀ ਰਹੀਦਾ ਹੁੰਦਾ, ਇਹ ਤੁਹਾਨੂੰ ਦੱਸਣਗੇ ਫਾਰਮੂਲੇ। ਇਹਨਾਂ ਨੇ ਸੱਤ ਸੱਤ ਬੱਚੇ ਪਾਲੇ ਨੇ ਪਰਿਵਾਰ ਦੇ, ਤੁਸੀਂ ਇੱਕ ਨੂੰ ਨਹੀਂ ਸਾਂਭ ਸਕਦੀ ਆ, ਕੇਸ ਕਟਾਈ ਫਿਰਦੀਆਂ ਉਹਨਾਂ ਦੇ ਆਪਣੇ ਭਰਵੱਟੇ ਮੁੰਨੇ। ਅਸੀਂ ਪੜ੍ਹੀਆਂ ਲਿਖੀਆਂ, ਆ ਵਿਆਹ ਕਰੋ ਇਹਨਾਂ ਬਜ਼ੁਰਗ ਮਾਵਾਂ ਦੇ ਕੋਲ, ਤੁਹਾਨੂੰ ਦੱਸਣਗੀਆਂ ਕਿਵੇਂ ਪਰਿਵਾਰ ਪਾਲੀਦਾ ਹੁੰਦਾ। ਟੱਬਰ ਹੁੰਦਾ ਸੀ ਸਾਡੀ ਮਾਂ ਦਾ, ਚਾਰ ਪੰਜ ਪੁੱਤਰ ਹੁੰਦੇ, ਚਾਰ ਤਿੰਨ ਚਾਰ ਦੋ ਤਿੰਨ ਧੀਆਂ ਹੁੰਦੀਆਂ, ਵੱਡੇ ਵੱਡੇ ਕੰਮ ਹੁੰਦੇ ਸੀ। ਅਸੀਂ ਪੜ੍ਹੇ ਨਹੀਂ ਬਹੁਤੇ, ਕੜੇ ਜ਼ਿਆਦੇ ਹਾਂ ਸਾਧ ਸੰਗਤ ਜੀ। ਕਿਸੇ ਵੱਡੇ ਦਾ ਸਤਿਕਾਰ ਨਹੀਂ, ਕਿਸੇ ਮਾਂ ਪਿਓ ਦਾ ਸਤਿਕਾਰ ਨਹੀਂ, ਕਿਸੇ ਦੇ ਆਖੇ ਨਹੀਂ ਲੱਗਣਾ, ਖੁਦਕਸ਼ੀਆਂ ਕਰ ਕਰਕੇ ਮਰਦੇ ਫਿਰਦੇ ਅਤੇ ਸਿੱਖਾਂ ਦੀਆਂ ਧੀਆਂ ਦੇ ਡਿਵੋਰਸ ਹੁੰਦੇ ਫਿਰਦੇ ਆ। ਕਲਚਰ ਨਹੀਂ ਮਿਲਿਆ ਮਾਂ ਪਿਓ ਤੋਂ, ਕਿਵੇਂ ਧੀਏ ਸੁਖੀ ਰਹੀਦਾ ਹੁੰਦਾ ਹੈ। ਅੱਗੇ ਬਜ਼ੁਰਗ ਕਹਿੰਦੇ ਸੀ ਮਾਂ ਤੋਂ ਚੱਜ ਸਿੱਖ ਲੈ, ਤੂੰ ਅਗਲੇ ਘਰ ਜਾਣਾ ਧੀਏ ਚੱਜ ਸਿੱਖ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿੰਨੇ ਤੁਸੀਂ ਆਏ ਹੋ ਨਾ ਕਈ ਦਿਨਾਂ ਦੇ ਗੁਰੂ ਘਰ, ਕੀ ਕਰਨ ਆਏ ਹੋ, ਤੁਸੀਂ ਵੀ ਗੁਰੂ ਤੋਂ ਚੱਜ ਸਿੱਖਣ ਆਏ ਹੋ। ਜੀਵਨ 'ਚ ਕਿਵੇਂ ਰਹਿਣਾ, ਕੀ ਕਰਨਾ, ਕੀ ਨਹੀਂ ਕਰਨਾ, ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਤੂੰ ਗੁਰੂ ਤੋਂ ਚੱਜ ਸਿੱਖ ਲੈ, ਤੈਨੂੰ ਕਦੇ ਦੋਹਾਂ ਜਹਾਨਾਂ 'ਚ ਹੀ ਦੁੱਖ ਨਹੀਂ ਲੱਗਣਾ। ਅਤੇ ਜਿਨ੍ਹਾਂ ਨੇ ਚੱਜ ਨਹੀਂ ਸਿੱਖੇ ਧੀਆਂ, ਉਹ ਵੀ ਕਚਹਿਰੀਆਂ 'ਚ ਫਿਰਦੀਆਂ ਨੇ, ਅਤੇ ਜਿਹੜੇ ਸਿੱਖਾਂ ਨੇ ਚੱਜ ਨਹੀਂ ਸਿੱਖਿਆ ਉਹ ਵੀ ਨਰਕਾਂ 'ਚ। ਅਸੀਂ ਚੱਜ ਸਿੱਖਣ ਆਉਂਦੇ ਹਾਂ ਇੱਥੇ। ਸੋ ਸਾਧ ਸਿੰਘ ਜੀ ਉਹ ਕਦੇ ਤੰਦ ਤੋੜ ਦਿੰਦੇ ਨੇ, ਕਦੇ ਰਿੜਦੇ ਰਿੜਦੇ ਬਾਹਰ ਨੂੰ ਚਲੇ ਜਾਂਦੇ ਨੇ, ਡੰਗਰ ਪਸ਼ੂ ਲੰਘਦੇ ਮਾਤਾ ਫੜ ਕੇ ਫਿਰ ਲੈ ਆਉਂਦੇ ਆ। ਅਤੇ ਜਿਹੜੀ ਤੰਦ ਹੁੰਦੀ ਸੀ ਕੱਤ ਕੇ ਮਾਂ ਤਕਲੇ ਤੋਂ ਲਾਹੁੰਦੀ ਸੀ, ਕਹਿੰਦੇ ਗੁੱਡੀ ਬਣ ਗਈ ਹੈ। ਉਹਨੂੰ ਟੇਰਨ 'ਤੇ ਟੇਰਦੀ ਸੀ ਮਾਂ, ਅੱਟੀ ਬਣ ਗਈ ਸੀ, ਅੱਟੀਆਂ ਫਿਰ ਤੋੜ ਕੇ ਅੱਗੇ ਸੂਤ ਬਣਦੇ ਸੀ ਸਾਧ ਸਿੰਘ 'ਚ। ਇਹ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ, ਤੁਸੀਂ ਕਿਉਂ ਕਦੇ ਬਣ ਚਰਖੇ ਕਰਦਾ ਰਿਹਾ ਹੋਣਾ ਵੀ। ਅਸੀਂ ਦੇਖਿਆ ਆਪਣੀਆਂ ਮਾਵਾਂ ਨੂੰ ਜਦੋਂ ਖੰਡ ਪਾਠ ਕਰਨ ਜਾਂਦੇ ਹੁੰਦੇ ਸੀ, ਸਾਡੀਆਂ ਬੀਬੀਆਂ ਭੈਣਾਂ ਖੱਡੀਆਂ ਲਾ ਕੇ ਦਰੀਆਂ 'ਤੇ ਖੇਸ ਬੁਣਦੀਆਂ। ਆਹ 10-15 ਸਾਲ ਪਹਿਲਾਂ ਅਸੀਂ ਦੇਖਦੇ ਰਹੇ, ਤੁਸੀਂ ਵੀ ਦੇਖਦੇ ਰਹੇ ਹੋ। ਅੱਜ ਚੰਡੀਗੜ੍ਹ ਬ੍ਰਾਂਡ ਖਰੀਦਦੇ ਫਿਰਦੇ ਨੇ, ਕਹਿੰਦੇ ਨੇ ਕਮਾਈ ਥੋੜ੍ਹੀ ਹੈ, ਖਰਚਾ ਬਹੁਲਾ ਹੈ, ਕੌਣ ਕਰਦਾ ਹੈ, ਲੋੜ ਤੋਂ ਜ਼ਿਆਦਾ ਖਰਚਾ ਕਰ ਰਿਹਾ ਤਾਂ ਦੁਖੀ ਹਾਂ। ਅਤੇ ਸਾਡੀਆਂ ਮਾਵਾਂ ਦਰੀਆਂ ਖੇਸ ਚਾਦਰਾਂ ਘਰ ਬੁਣਦੀਆਂ ਹੁੰਦੀਆਂ ਸੀ, ਚੁੱਲ੍ਹ ਦੇ ਵਿੱਚ ਅੱਗ ਦੱਬ ਕੇ ਸਾਡੀ ਮਾਂ ਰਾਤ ਨੂੰ ਪੈਂਦੀ ਸੀ, ਸਵੇਰੇ ਸੀਖ ਬਾਲਣੀ ਨਾ ਪਵੇ। ਇੱਕ ਸੀਖ ਬਾਲਾਂਗੇ ਡੱਬੀ ਮੁੱਕ ਜਾਏਗੀ, ਨਵੀਂ ਲਿਆਉਣੀ ਪੈਗੀ, ਖਰਚ ਹੋ ਜਾਏਗਾ। ਕਿੰਨੇ ਪੈਸੇ? 10 ਪੈਸੇ ਦੀ ਡੱਬੀ ਹੋਰ ਆ ਜਾਏਗੀ। 10 ਪੈਸੇ ਮਾਂ ਸਾਡੀ ਖਰਚ ਨਹੀਂ ਸੀ ਕਰਦੀ। ਅਤੇ ਸੋਨੇ ਦੇ ਨਾਲ, ਲੱਕ ਦੇ ਨਾਲ ਸੋਨਾ ਬੰਨਿਆ ਹੁੰਦਾ ਸੀ ਸਾਡੀਆਂ ਮਾਵਾਂ ਦਾ। ਆ ਹੁਣ ਪੁੱਛੋ ਇਹਨਾਂ ਕੋਲ ਕੀ ਹੈ। ਅਸੀਂ ਅੱਡੀਆਂ ਚੱਕ ਚੱਕ ਕੇ ਫਾਹ ਲੈ ਰਹੇ ਹਾਂ ਸਾਧ ਸੰਗਤ ਜੀ, ਨਜਾਇਜ਼ ਖਰਚੇ ਕਰ ਕਰਕੇ।